ਐਮਆਈ ਵਾਲਾ ਥੋੜਾ ਜਿਹਾ ਮਸਲਾ ਤੁਸੀਂ ਅੱਜ ਕਲੀਅਰ ਕਰੋ। ਸਭ ਤੋਂ ਪਹਿਲਾਂ ਤੇ ਦੱਸਿਓ ਕਿ ਵੀ ਇਹ ਕੈਨੇਡੀਅਨ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਜਿਹੜਾ ਉਹ ਕਹਿੰਦੇ ਨੇ ਕਿ ਵੀ ਇੱਧਰ ਆ ਕੇ ਤੁਸੀਂ ਕੰਮ ਕਰ ਸਕਦੇ ਹੋ ਜੇ ਐਜ਼ ਅ ਵਿਜ਼ਟਰ ਹੋ ਤਾਂ। ਕੈਨੇਡਾ ਦੇ ਵਿੱਚ ਵਰਕਫੋਰਸ ਦੇ ਵਿੱਚ ਜਿਵੇਂ ਅਨਇੰਪਲੋਇਮੈਂਟ ਰੇਟ ਕਾਫੀ ਘਟੀ ਹੈਗੀ ਆ ਜੀ, ਉਹਦੇ ਕਰਕੇ ਵਰਕਰਸ ਦੀ ਕੈਨੇਡਾ ਨੂੰ ਬਹੁਤ ਲੋੜ ਹੈਗੀ ਆ। ਐਲਐਮਆਈਏ ਵੀ ਹੈਗਾ, ਉਹਦੇ ਕੋਲੇ ਵਰਕ ਪਰਮਿਟ ਵੀ ਹੈਗਾ, ਪਰ ਉਸ ਤੋਂ ਬਾਅਦ ਉਹਨੂੰ ਪੀਆਰ ਨਹੀਂ ਮਿਲੂਗੀ। ਇਹੀ ਵਿਜ਼ਟਰਸ ਵਾਸਤੇ ਇਹਨਾਂ ਨੇ ਇੱਕ ਫੈਸਿਲਿਟੀ ਲਿਆਂਦੀ ਸੀ ਵੀ 30 ਜਨਵਰੀ 2023 ਤੱਕ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ, ਵਿਜ਼ਟਰ ਆਏ ਹੋ, ਤਾਂ ਤੁਸੀਂ ਆਪਦਾ ਸਟੇਟਸ ਇੱਥੇ ਚੇਂਜ ਕਰਕੇ ਤੁਸੀਂ ਵਰਕ ਪਰਮਿਟ ਇਨਸਾਈਡ ਕੈਨੇਡਾ ਲੈ ਸਕਦੇ ਹੋ। ਕਿਹੜੀਆਂ ਕਿਹੜੀਆਂ ਗੱਲਾਂ ਨੇ ਐਸੀਆਂ ਜਿਨ੍ਹਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਐਲਐਮਆਈਏ ਲੈਣ ਤੋਂ ਪਹਿਲਾਂ ਜਾਂ ਸਟੇਟਸ ਚੇਂਜ ਕਰਨ ਤੋਂ ਪਹਿਲਾਂ? ਉਹਨੇ ਪਹਿਲਾਂ ਇਹ ਦੇਖਣਾ ਕਿਹੜੀ ਜਿਹੜੀ ਤੁਹਾਨੂੰ ਜੋਬ ਮਿਲੀ ਆ, ਕੀ ਤੁਸੀਂ ਵਾਕਈ ਹੀ ਉਹ ਜੋਬ ਪਰਫਾਰਮ ਕਰ ਸਕਦੇ ਹੈਗੇ ਹੋ। ਮੋਸਟਲੀ ਤਾਂ ਹੁਣ ਤੱਕ ਇਹੀ ਸੁਣਿਆ ਜਾਂਦਾ ਹੈ ਕਿ ਵੀ ਐਲਐਮਆਈਏ ਮਿਲ ਗਈ, ਉਸ ਤੋਂ ਬਾਅਦ ਤੁਸੀਂ ਬਾਰਡਰ 'ਤੇ ਗਏ, ਬਾਰਡਰ ਤੋਂ ਉਹਨਾਂ ਨੇ ਤੁਹਾਨੂੰ ਵਰਕ ਪਰਮਿਟ ਇਸ਼ੂ ਕਰ ਦਿੱਤਾ। ਇਹ ਵਰਕ ਪਰਮਿਟ ਦੀ ਬਜਾਏ ਰਿਮੂਵਲ ਆਰਡਰ ਦੀ ਗੱਲ ਆ ਗਈ, ਇਹ ਹੋਇਆ ਕਿਤੇ ਜੀ? ਥੋੜਾ ਕਨਵੀਨੀਅੰਸ ਆਫ ਇਮੀਗ੍ਰੇਸ਼ਨ ਦੇ ਪਰਪਸ ਨਾਲ ਹੀ ਹੈ ਜੋਬ ਆਫਰ ਆ, ਤਾਂ ਤੁਹਾਨੂੰ ਰਿਮੂਵਲ ਆਰਡਰ ਬਾਰਡਰ 'ਤੇ ਦਿੱਤੇ ਜਾ ਸਕਦੇ। ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਅਤੇ ਇਹ ਖਾਸ ਪ੍ਰੋਗਰਾਮ ਇਮੀਗ੍ਰੇਸ਼ਨ ਨਾਲ ਸੰਬੰਧਿਤ ਅਸੀਂ ਆਪ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਲੈ ਕੇ ਆਉਂਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਾਰਗੋ ਇਮੀਗ੍ਰੇਸ਼ਨ ਤੋਂ ਹਰਕਿਰਨ ਗਰੇਵਾਲ ਜੀ ਆਪਣੇ ਨਾਲ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਐਂਡ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਗੱਲ ਇਹ ਆ ਕਿ ਕੈਨੇਡਾ ਹਰੇਕ ਦੇ ਲਈ ਨੰਬਰ 1 ਜਾਂ ਪਸੰਦੀਦਾ ਡੈਸਟੀਨੇਸ਼ਨ ਹੈ ਕਿ ਮੈਂ ਉੱਥੇ ਜਾਵਾਂ, ਕੰਮ ਕਰਾਂ ਅਤੇ ਉੱਥੇ ਜਾ ਕੇ ਜ਼ਿੰਦਗੀ ਜਿਹੜੀ ਆ ਉਹ ਕੁਛ ਬਣ ਜਾਵੇ, ਬਾਅਦ 'ਚ ਮੈਂ PR ਲੈ ਲੂੰਗਾ, ਮੈਂ ਪੱਕਾ ਹੋ ਜੂੰਗਾ। ਅਤੇ ਹੁਣ ਜਿੱਦਾਂ ਰੀਸੈਂਟਲੀ ਇੱਕ ਚਰਚਾ ਚੱਲੀ ਸੀ ਕਿ ਕੈਨੇਡਾ ਦੇ ਵਿੱਚ ਕਾਫੀ ਸਾਰੇ ਵਰਕਰਾਂ ਦੀ ਲੋੜ ਹੈ, ਇਸ ਕਰਕੇ ਕੈਨੇਡੀਅਨ ਗਵਰਨਮੈਂਟ ਨੇ ਵੀ ਕਿਹਾ ਸੀ ਕਿ ਵੱਧ ਤੋਂ ਵੱਧ LMIAs ਜਿਹੜੀਆਂ ਨੇ ਉਹ ਦਿੱਤੀਆਂ ਜਾਣ। ਫਿਰ ਉਸ ਤੋਂ ਬਾਅਦ ਜਿਹੜੇ ਲੋਕ ਇੱਥੇ ਵੀ ਸੀ, ਕੁਝ ਇਹ ਵਿਜ਼ਟਰ ਆਇਆ ਸੀਗਾ, ਉਹਨੂੰ ਕਿਹਾ ਕਿ ਤੁਸੀਂ LMIA ਲੈ ਸਕਦੇ ਹੋ। ਹੁਣ ਇਹ ਸਾਰੇ ਕੁਛ ਦੀ ਜਿਹੜੀ ਫੈਸਿਲਿਟੀ ਦਿੱਤੀ ਗਈ, ਉਹਦੇ 'ਚ ਕੁਛ ਇੱਕ ਲੋਕਾਂ ਨੂੰ ਕਲੈਰਿਟੀ ਨਾ ਹੋਣ ਕਰਕੇ ਜਾਂ ਕੁਛ ਇੱਕ ਚੁਸਤ ਲੋਕਾਂ ਵੱਲੋਂ ਜਿਹੜੇ ਭੋਲੇ ਲੋਕ ਨੇ ਉਹਨਾਂ ਨੂੰ ਕੁਛ ਅੰਦਰਲੀਆਂ ਗੱਲਾਂ ਬਿਨਾਂ ਦੱਸੇ ਬਹੁਤ ਸਾਰਾ ਕੁਛ ਉੱਤੇ ਉੱਤੇ ਕੀਤਾ ਜਾ ਰਿਹਾ, ਜਿਹਦੇ ਨਾਲ ਉਹਨਾਂ ਦਾ ਫਾਈਨੈਂਸ਼ੀਅਲੀ ਵੀ ਨੁਕਸਾਨ ਹੋ ਰਿਹਾ, ਪਲੱਸ ਉਹਨਾਂ ਨੂੰ ਵਾਪਸ ਵੀ ਮੁੜਨਾ ਪੈ ਰਿਹਾ। ਸੋ ਮੈਂ ਚਾਹੁੰਦਾ ਕਿ LMIA ਵਾਲਾ ਥੋੜ੍ਹਾ ਜਿਹਾ ਮਸਲਾ ਤੁਸੀਂ ਅੱਜ ਕਲੀਅਰ ਕਰੋ। ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਵੀ ਇਹ ਕੈਨੇਡੀਅਨ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਜਿਹੜਾ ਉਹ ਕਹਿੰਦੇ ਨੇ ਕਿ ਵੀ ਇੱਧਰ ਆ ਕੇ ਤੁਸੀਂ ਕੰਮ ਕਰ ਸਕਦੇ ਹੋ ਜੇ ਐਜ਼ ਏ ਵਿਜ਼ਟਰ ਹੋ ਤਾਂ। ਹਾਂਜੀ ਬਿਲਕੁਲ, ਜਿਵੇਂ ਆਪਾਂ ਦੇਖਦੇ ਹੈਗੇ ਆ ਵੀ ਕੈਨੇਡਾ ਦੇ ਵਿੱਚ ਵਰਕਫੋਰਸ ਦੇ ਵਿੱਚ ਜਿਵੇਂ ਅਨਇੰਪਲੋਇਮੈਂਟ ਰੇਟ ਕਾਫੀ ਘਟੀ ਹੈਗੀ ਆ ਜੀ, ਉਹਦੇ ਕਰਕੇ ਵਰਕਰਸ ਦੀ ਕੈਨੇਡਾ ਨੂੰ ਬਹੁਤ ਲੋੜ ਹੈਗੀ ਆ ਜੀ, ਉਹਦੇ ਕਰਕੇ ਕੈਨੇਡੀਅਨ ਗੌਰਮੈਂਟ ਨੇ ਕਈ ਇੱਦਾਂ ਦੇ ਪ੍ਰੋਗਰਾਮ ਲਿਆਉਂਦੇ ਹੈਗੇ ਆ ਜਿਹਦੇ ਵਿੱਚ ਇਹ ਕੋਸ਼ਿਸ਼ ਕਰਦੇ ਆ, ਜਿਵੇਂ ਵਿਜ਼ਟਰਸ ਜਿਹੜੇ ਆਏ ਹੋਏ ਆ ਕੈਨੇਡਾ ਦੇ ਵਿੱਚ ਉਹ ਇਹਦੇ 'ਤੇ ਪਰ ਮਤਲਬ ਕਿਸੇ ਤਰ੍ਹਾਂ ਵੀ ਵਰਕਫੋਰਸ ਦੇ ਵਿੱਚ ਕੰਮ ਕਰ ਸਕਣ। ਜਿਵੇਂ ਹੁਣ ਰੀਸੈਂਟਲੀ ਇਹਨਾਂ ਨੇ ਇੱਕ ਹੋਰ ਚੇਂਜ ਕੀਤੀ ਹੈਗੀ ਆ ਜੀ, ਜਿਵੇਂ 30 ਜਨਵਰੀ ਤੋਂ ਜਿਹੜੇ ਹੈਗੇ ਆ ਸੀ ਜਾਂ ਡੀ ਕੈਟਾਗਰੀ ਦੇ ਵਿੱਚ ਹੈਗੇ ਆ, ਉਹਨਾਂ ਦੇ ਸਪਾਊਸ ਵੀ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ 'ਤੇ ਕੰਮ ਕਰ ਸਕਦੇ ਆ। ਇਹੀ ਵਿਜ਼ਟਰਸ ਵਾਸਤੇ ਇਹਨਾਂ ਨੇ ਇੱਕ ਫੈਸਿਲਿਟੀ ਲਿਆਂਦੀ ਸੀ ਵੀ 30 ਜਨਵਰੀ 2023 ਤੱਕ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ, ਵਿਜ਼ਟਰ ਆਏ ਹੋ, ਤਾਂ ਤੁਸੀਂ ਆਪਦਾ ਸਟੇਟਸ ਇੱਥੇ ਚੇਂਜ ਕਰਕੇ ਤੁਸੀਂ ਵਰਕ ਪਰਮਿਟ ਇਨਸਾਈਡ ਕੈਨੇਡਾ ਲੈ ਸਕਦੇ ਹੋ ਅਤੇ ਤੁਸੀਂ ਆਪਦਾ ਕੰਮ ਕਰ ਸਕਦੇ ਹੈਗੇ ਹੋ ਜੀ। ਪਰ ਗੱਲ ਇਹ ਆ ਕਿ ਇਹਦੇ ਲਈ LMIA ਲੈਣਾ ਜ਼ਰੂਰੀ ਹੈ ਜੀ ਜਾਂ? ਬਿਲਕੁਲ ਜੀ, ਇਹਦੇ ਵਾਸਤੇ LMIAs ਹੁਣ ਕਾਫੀ ਮਿਲ ਰਹੀਆਂ ਨੇ ਸਰਵਿਸ ਕੈਨੇਡਾ ਦੇ ਵਿੱਚੋਂ, LMIA ਇੰਪਲੋਇਰਸ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ, ਕਿਉਂਕਿ ਇਹਦੇ ਵਿੱਚ ਇਹ ਹੈਗਾ ਵੀ LMIA ਹੈਗੀ ਇੱਕ ਕੈਨੇਡੀਅਨ ਗੌਰਮੈਂਟ ਵੱਲੋਂ ਅਪਰੂਵਡ ਜੋਬ ਆਫਰ ਹੈ, ਕਿਉਂਕਿ ਇੰਪਲੋਇਰ ਇਹ ਉਹਦੇ ਵਿੱਚ ਦੱਸਦੇ ਹੁੰਦੇ ਆ ਵੀ ਸਾਡੇ ਕੋਲ ਸਾਨੂੰ ਕੰਮ ਵਾਸਤੇ ਕੋਈ ਕੈਨੇਡੀਅਨ ਨਹੀਂ ਮਿਲ ਰਿਹਾ ਹੈਗਾ, ਉਹਦੇ ਵਾਸਤੇ LMIA ਕੈਨੇਡੀਅਨ ਗੌਰਮੈਂਟ ਸਰਵਿਸ ਕੈਨੇਡਾ ਵੱਲੋਂ ਅਪਰੂਵ ਕੀਤੀ ਜਾਂਦੀ ਆ, ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲੈ ਕੇ ਇੱਥੇ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹਾਂ। ਪਰ ਜਿਵੇਂ ਮੈਂ ਦੱਸਿਆ ਹੈਗਾ ਵੀ ਵਰਕਫੋਰਸ 'ਚ ਬੰਦੇ ਘੱਟ ਕਰਕੇ LMIAs ਕਾਫੀ ਮਿਲ ਰਹੀਆਂ ਹੈਗੀਆਂ ਤੇ ਵਰਕ ਪਰਮਿਟ ਵੀ ਲੋਕੀ ਲੈ ਰਹੇ ਆ ਜਾਂ ਕਈਆਂ ਦੇ ਰਿਫਿਊਜ਼ ਹੋ ਰਹੇ ਹੈਗੇ ਆ,
ਤੇ ਪਰ ਇਹ ਆਪਾਂ ਆਪਣਾ ਮੇਨ ਮੋਟਿਵ ਇਹ ਪ੍ਰੋਗਰਾਮ ਦੇ ਵਿੱਚ ਇਹ ਹੈਗਾ ਕਿਉਂਕਿ LMIA ਜਦੋਂ ਮਿਲ ਜਾਂਦੀ ਆ ਉਹਦੇ ਵਿੱਚ ਸਾਰੇ ਨਹੀਂ ਪਰਮਾਨੈਂਟ ਇਮੀਗ੍ਰੇਸ਼ਨ ਲੈ ਸਕਦੇ। ਇਹ ਕਾਫੀ ਜਿਹੜਾ ਪਾਥਵੇ ਹੈਗਾ ਉਹਦੇ ਵਿੱਚ ਜਿਹੜੇ ਵੀ ਕੋਈ LMIA ਲੈਂਦੇ ਆ ਪਹਿਲਾਂ ਉਹਨਾਂ ਨੂੰ ਜੇ ਉਹਨਾਂ ਦੀ ਇੱਥੇ ਉਹ ਸੋਚਦੇ ਆ ਵੀ ਅਸੀਂ ਪਰਮਾਨੈਂਟ ਹੋਣਾ ਹੈਗਾ ਤਾਂ ਉਹਨਾਂ ਨੂੰ ਇਹ ਪਹਿਲਾਂ ਦੇਖਣਾ ਪੈਣਾ ਹੈਗਾ ਕਿ ਉਹ ਇਹ LMIA ਉਹਨਾਂ ਨੂੰ ਇੱਥੇ ਪਰਮਾਨੈਂਟ ਕਰਵਾ ਸਕਦੀ ਹੈਗੀ ਆ ਕਿਉਂਕਿ ਇਹ ਕਈ ਵਾਰ ਲੋਕਾਂ ਨੂੰ ਇਦਾਂ ਹੋ ਜਾਂਦਾ ਵੀ ਉਹ LMIA ਲੈ ਲੈਂਦੇ ਆ ਪਰ ਗਰੇਵਾਲ ਸਾਹਿਬ ਆ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਮੈਂ ਜੇ ਠੀਕ ਸੁਣ ਰਿਹਾ ਤਾਂ ਮੈਂ ਤਾਂ ਹੀ ਇਹ ਤੁਹਾਨੂੰ ਦੁਬਾਰਾ ਸਵਾਲ ਪੁੱਛਣ ਲੱਗਿਆਂ। ਮੋਸਟਲੀ ਤਾਂ ਇਹੀ ਸੋਚਿਆ ਜਾਂਦਾ ਹੈ ਕਿ ਜੇ ਕੋਈ ਵਿਜ਼ਟਰ ਹੈ ਉਹ ਇੱਥੇ ਵਰਕ ਪਰਮਿਟ 'ਤੇ ਹੋ ਗਿਆ, ਵਰਕ ਪਰਮਿਟ ਤੋਂ ਬਾਅਦ ਉਸ LMIA ਦਾ ਕਰਕੇ ਉਹਨੂੰ PR ਮਿਲ ਜਾਣੀ ਆ ਅਤੇ ਫਿਰ ਉਹਨੇ ਪਰਮਾਨੈਂਟ ਹੋ ਜਾਣਾ ਇੱਥੇ ਕੈਨੇਡਾ ਦੇ ਵਿੱਚ। ਇਹ ਵੀ ਹੋ ਜਾਂਦੀ ਹੈ ਗੱਲਬਾਤ ਕਿ LMIA ਵੀ ਹੈਗਾ, ਉਹਦੇ ਕੋਲ ਵਰਕ ਪਰਮਿਟ ਵੀ ਹੈਗਾ, ਪਰ ਉਸ ਤੋਂ ਬਾਅਦ ਉਹਨੂੰ PR ਨਹੀਂ ਮਿਲੂਗੀ। ਬਿਲਕੁਲ ਜੀ ਬਿਲਕੁਲ ਇਹ ਹੁਣ ਹੋ ਰਿਹਾ ਜਾਂ ਅਗਲੇ ਆਉਂਦੇ ਟਾਈਮ ਦੇ ਵਿੱਚ ਇਹ ਹੋਣਾ ਹੈਗਾ ਕਿਉਂਕਿ ਸਾਰੇ LMIA ਜਦੋਂ ਅੱਛਾ LMIA ਲੈ ਲੈਂਦੇ ਆ ਕਾਫੀ ਹਾਂਜੀ ਕਾਫੀ ਈਜ਼ੀ ਲੱਗਦਾ ਹੈਗਾ ਵੀ ਵਰਕ ਪਰਮਿਟ ਲੈਣਾ ਤੇ ਵਰਕ ਪਰਮਿਟ ਹੁਣ ਮਿਲ ਵੀ ਰਹਿ ਰਹੇ ਹੈਗੇ ਆ ਪਰ ਇਹਦੇ ਵਿੱਚ ਜੇ ਕਿਸੇ ਨੇ ਜਿਵੇਂ LMIA ਮੈਂ ਐਗਜ਼ਾਮਪਲ ਦਿੰਦਾ ਜੇ ਕਿਸੇ ਨੇ BC ਦੇ ਵਿੱਚ LMIA ਲਈ ਹੈਗੀ ਆ ਉਹ ਜ਼ਰੂਰੀ ਨਹੀਂ ਵੀ ਹਰ ਕੋਈ ਉਹਦੇ ਵਾਸਤੇ ਪਰਮਾਨੈਂਟ ਇਮੀਗ੍ਰੇਸ਼ਨ ਵਾਸਤੇ ਕੁਆਲੀਫਾਈ ਹੋ ਜਾਵੇ ਕਿਉਂਕਿ ਉਹਦੇ ਵਿੱਚ ਕਈ ਪੁਆਇੰਟ ਸਿਸਟਮ ਹੈਗੇ ਆ ਜੀ ਤੇ ਸੇਮ ਅੰਟਾਰੀਓ ਦੇ ਵਿੱਚ ਜਿਵੇਂ LMIA ਲਈ ਆ ਉੱਥੇ ਇੰਪਲੋਇਰ ਦਾ ਦੇਖਣਾ ਪੈਂਦਾ ਵੀ ਕੀ ਉਹ ਇੰਪਲੋਇਰ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਦੇ ਅੰਡਰ ਤੁਹਾਨੂੰ ਕੁਆਲੀਫਾਈ ਕਰਵਾ ਸਕਦਾ ਹੈਗਾ ਖਾਸ ਕਰਕੇ ਜਿਹੜੀਆਂ ਸੈਮੀ ਸਕਿਲਡ ਜੌਬਸ ਆ ਜਾਂਦੀਆਂ ਹੈਗੀਆਂ ਜੀ ਟੀਅਰ ਸਿਸਟਮ ਦੇ ਵਿੱਚ ਜਿਵੇਂ ਅੱਗੇ ਨੌਕ ਸਿਸਟਮ ਸੀਗਾ ਜਿਹਦੇ ਵਿੱਚ CD ਕਿਹਾ ਜਾਂਦਾ ਸੀ ਉਹਨਾਂ LMIA ਵਾਲਿਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ। ਜੀ ਅਤੇ ਜੇ ਹੁਣ ਮੈਂ ਤੁਹਾਨੂੰ ਇਹ ਸਵਾਲ ਪੁੱਛ ਹੀ ਲਵਾਂ ਕਿ ਜੇ ਮੰਨ ਲਓ ਕੋਈ ਆਪਣੇ ਪਰਿਵਾਰ ਦਾ ਮੈਂਬਰ ਇਸ ਵਕਤ ਆਪਾਂ ਨੂੰ ਸੁਣਦਾ ਵੇਖਦਾ ਹੋਵੇ, ਉਹਨਾਂ ਦਾ ਮਨ ਹੋਵੇ ਕਿ ਆਪਾਂ ਹੁਣ LMIA ਲੈਣੀ ਹੈ, ਤਾਂ ਫਿਰ ਕਿਹੜੀਆਂ ਕਿਹੜੀਆਂ ਗੱਲਾਂ ਨੇ ਐਸੀਆਂ ਜਿਨ੍ਹਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ LMIA ਲੈਣ ਤੋਂ ਪਹਿਲਾਂ ਜਾਂ ਸਟੇਟਸ ਚੇਂਜ ਕਰਨ ਤੋਂ ਪਹਿਲਾਂ? ਬਿਲਕੁਲ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਕਿਉਂਕਿ ਵੀ ਤੁਸੀਂ ਜਿਹੜੀ ਆਪਣੀ ਵੈਸਟਰ ਵੀਜ਼ਾ ਦੀ ਐਪਲੀਕੇਸ਼ਨ ਲਾਈ ਆ ਵੀ ਉਹਦੇ ਵਿੱਚ ਤੁਸੀਂ ਕੀ ਇਨਫੋਰਮੇਸ਼ਨ ਦਿੱਤੀ ਆ ਕਿਉਂਕਿ ਉਹ ਇਨਫੋਰਮੇਸ਼ਨ ਕੈਨੇਡੀਅਨ ਗੌਰਮੈਂਟ ਕੋਲ ਜਾਂ ਇਮੀਗ੍ਰੇਸ਼ਨ ਕੋਲ ਤੁਹਾਡੀ ਡਾਕੂਮੈਂਟਡ ਹੋਈ ਹੋਈ ਆ ਤੇ ਉਦੋਂ ਬਾਅਦ ਕੀ ਜਿਹੜਾ ਜਦੋਂ ਵੀ ਕਿਸੇ ਵੀ ਵੀਜ਼ਾ ਆਫੀਸਰ ਨੇ ਤੁਹਾਡੀ LMIA ਜਾਂ ਵਰਕ ਪਰਮਿਟ ਤੁਹਾਨੂੰ ਦੇਣਾ ਹੈਗਾ ਸਟੇਟਸ ਥੋੜਾ ਚੇਂਜ ਕਰਨਾ ਉਹਨੇ ਪਹਿਲਾਂ ਇਹ ਦੇਖਣਾ ਕਿਹੜੀ ਜਿਹੜੀ ਤੁਹਾਨੂੰ ਜੌਬ ਮਿਲੀ ਆ ਕੀ ਤੁਸੀਂ ਵਾਕਈ ਹੀ ਉਹ ਜੌਬ ਪਰਫਾਰਮ ਕਰ ਸਕਦੇ ਹੈਗੇ ਹੋ ਕਿਉਂਕਿ ਰੀਸੈਂਟਲੀ ਇਦਾਂ ਕਾਫੀ ਆਇਆ ਹੈਗਾ ਜੀ ਵੀ ਜਿਵੇਂ ਕੋਈ ਫਾਰਮਰ ਆਇਆ ਹੈਗਾ ਜਾਂ ਕੋਈ ਜਿਹਦੇ ਕੋਲ ਐਕਸਪੀਰੀਅੰਸ ਨਹੀਂ ਉਹਨਾਂ ਨੂੰ ਕਈ ਵਾਰ ਕਾਰਪੈਂਟਰ ਦੀ LMIA ਦਿੱਤੀ ਮਸ਼ੀਨਿਸਟ ਦੀ LMIA ਦਿੱਤੀ ਜਿਹੜੀ ਕਿ ਉਹਨਾਂ ਦੇ ਉਹਨਾਂ ਨਾਲ ਰਿਲੇਟਡ ਨਹੀਂ ਹੈਗੀ ਰੈਲੇਵੈਂਸ ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ ਈਵਨ ਕਈ ਵਾਰ ਇੱਦਾਂ ਬਾਰਡਰ ਤੇ ਜਾ ਕੇ ਤੁਹਾਡੇ ਜਿਹੜੇ ਹੈਗੇ ਆ ਤੁਹਾਨੂੰ ਰਿਮੂਵਲ ਆਰਡਰ ਵੀ ਮਿਲ ਜਾਂਦੇ ਹੈਗੇ ਆ ਇਸ ਲਈ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਤੁਹਾਨੂੰ LMIA ਮਿਲੀ ਆ ਕੀ ਉਹਦੇ ਵਾਸਤੇ ਤੁਹਾਡਾ ਐਕਸਪੀਰੀਅੰਸ ਹੈਗਾ ਕੀ ਤੁਹਾਡੀ ਲੈਂਗੁਏਜ ਪ੍ਰੋਫੀਸ਼ੀਐਂਸੀ ਹੈਗੀ ਆ ਕੀ ਉਹ ਇੰਪਲੋਇਰ ਅੱਗੇ ਤੁਹਾਨੂੰ PNP ਦੇ ਥਰੂ ਜਾਂ ਕਿਸੇ ਵੀ ਪ੍ਰੋਗਰਾਮ ਥਰੂ ਪਰਮਾਨੈਂਟ ਇਮੀਗ੍ਰੇਸ਼ਨ ਦਵਾ ਸਕਦਾ ਹੈਗਾ ਇਹ ਗੱਲਾਂ ਦਾ ਮੇਨ ਧਿਆਨ ਰੱਖਣਾ ਚਾਹੀਦਾ। ਪਰ ਗੱਲ ਇਹ ਆ ਗਰੇਵਾਲ ਸਾਹਿਬ ਕਿ ਵੀ ਆਮ ਬੰਦਾ ਜਿਹੜਾ ਉਹਨੂੰ ਇੰਨੀਆਂ ਘੁੰਡੀਆਂ ਬਾਰੇ ਨਹੀਂ ਪਤਾ ਹੁੰਦਾ, ਜਿੱਦਾਂ ਹੁਣ ਆ ਤੁਸੀਂ ਇੱਕ ਵਿੱਚ ਲਾਈਨ ਯੂਜ਼ ਕੀਤੀ ਕਿ ਬਾਰਡਰ ਤੋਂ ਰਿਮੂਵਲ ਆਰਡਰ ਮਿਲ ਸਕਦਾ। ਮੋਸਟਲੀ ਤਾਂ ਹੁਣ ਤੱਕ ਇਹੀ ਸੁਣਿਆ ਜਾਂਦਾ ਹੈ ਕਿ ਵੀ LMIA ਮਿਲ ਗਈ, ਉਸ ਤੋਂ ਬਾਅਦ ਤੁਸੀਂ ਬਾਰਡਰ 'ਤੇ ਗਏ, ਬਾਰਡਰ ਤੋਂ ਉਹਨਾਂ ਨੇ ਤੁਹਾਨੂੰ ਵਰਕ ਪਰਮਿਟ ਇਸ਼ੂ ਕਰ ਦਿੱਤਾ। ਇਹ ਵਰਕ ਪਰਮਿਟ ਦੀ ਬਜਾਏ ਰਿਮੂਵਲ ਆਰਡਰ ਦੀ ਗੱਲ ਆ ਗਈ, ਇਹ ਹੋਇਆ ਕਿਤੇ ਜੀ? ਹਾਂ ਬਿਲਕੁਲ ਜੀ ਇਹ ਆਮ ਤੌਰ ਤੇ ਅਕਸਰ ਹੁੰਦਾ ਹੈਗਾ ਜੀ ਜਦੋਂ ਕਿਉਂਕਿ ਰਿਮੂਵਲ ਆਰਡਰ ਜਿਹੜੇ ਹੈਗੇ ਆ ਉਹ ਬਾਰਡਰ ਤੇ ਜਦੋਂ ਉਹ ਦੇਖਦਾ ਹੈਗਾ ਵੀ ਤੁਹਾਡੀ ਜਿਹੜੀ ਅਟੈਂਡ ਸੀਗੀ ਤੁਸੀਂ ਪਹਿਲਾਂ ਵਿਜ਼ਟਰ ਆਏ ਹੋ ਜਦੋਂ ਤੁਸੀਂ ਉੱਥੇ ਆਪਦਾ ਨਹੀਂ ਸ਼ੋ ਕਰਦੇ ਇਹ ਹੁਣੇ ਰੀਸੈਂਟਲੀ ਮੈਨੀਟੋਬਾ 'ਚ ਹੋਇਆ ਜਾਂ ਹੋਰ ਕਈ ਜਗ੍ਹਾ ਤੇ ਈਵਨ ਇਹ ਹਰ ਬਾਰਡਰ ਤੋਂ ਜਿਹੜੀ ਤੁਹਾਡੀ ਰੈਲੇਵੈਂਸੀ ਨਹੀਂ ਸ਼ੋ ਕਰਦੇ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਜੈਨੂਅਨ ਆਫਰ ਨਹੀਂ ਹੈਗੀ ਜਾਂ ਤੁਸੀਂ ਜੈਨੂਅਨਲੀ ਪਰਸਨ ਨਹੀਂ ਹੈਗੇ ਜਾਂ ਸਿਰਫ ਇਹ ਤੁਹਾਡਾ ਕਨਵੀਨੀਅੰਸ ਆਫ ਇਮੀਗ੍ਰੇਸ਼ਨ ਦੇ ਪਰਪਸ ਨਾਲ ਹੀ ਹੈ ਜੌਬ ਆਫਰ ਆ ਤਾਂ ਤੁਹਾਨੂੰ ਰਿਮੂਵਲ ਆਰਡਰ ਬਾਰਡਰ ਤੇ ਦਿੱਤੇ ਜਾ ਸਕਦੇ ਹੈ। ਅੱਛਾ ਜੀ, ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਜੀ ਕਿ ਜੇ ਤੁਹਾਡੇ ਉਸ LMIA ਦੇ ਉੱਪਰ ਜਿਹੜਾ ਉੱਥੇ ਆਫੀਸਰ ਹੈ ਉਹਨੂੰ ਕਿਤੇ ਸ਼ੱਕ ਪ੍ਰਗਟ ਹੁੰਦਾ ਅਤੇ ਫਿਰ ਉਹ ਤੁਹਾਨੂੰ ਬਾਰਡਰ ਤੋਂ ਹੀ ਤੁਹਾਡਾ ਪਾਸਪੋਰਟ ਰੱਖ ਕੇ ਅਤੇ ਉੱਥੋਂ ਵਾਪਸੀ ਦੀ ਤਿਆਰੀ ਜਿਹੜੀ ਉਹ ਕਰਵਾ ਸਕਦੇ, ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ। ਗਰੇਵਾਲ ਸਾਹਿਬ, ਜੇ ਹੁਣ ਇੰਨਾ ਕੁਛ ਤੁਸੀਂ ਦੱਸ ਰਹੇ ਹੋ ਤਾਂ ਤੁਸੀਂ ਥੋੜ੍ਹਾ ਜਿਹਾ ਵੀ ਮੈਨੂੰ ਦੱਸਿਓ ਕਿ ਤੁਸੀਂ ਇਹ ਸਾਰੇ ਕੁਛ ਦੇ ਵਿੱਚ ਕੀ ਹੈਲਪ ਕਰ ਸਕਦੇ ਹੋ? ਜੇ ਮੰਨ ਲਓ ਕੋਈ ਇਸ ਵਕਤ ਫੈਮਿਲੀ ਕੈਨੇਡਾ 'ਚ ਹੋਵੇ ਅਤੇ ਉਹ ਚਾਹੁੰਦੇ ਹੋਣ ਕਿ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਇਸ ਤਰ੍ਹਾਂ ਜੇ ਕੋਈ ਸਟੇਟਸ ਚੇਂਜ ਕਰਕੇ ਇੱਥੇ ਕੰਮ ਕਰਨਾ ਚਾਹੇ ਜਾਂ ਉਸ ਕੰਮ ਤੋਂ ਬਾਅਦ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਹੈ ਉਹ ਵੀ ਮਿਲੇ।
ਬਿਲਕੁਲ ਜੀ, ਅਸੀਂ ਵੀ ਇਹਦੇ 'ਚ ਮਦਦ ਕਰ ਸਕਦੇ ਹਾਂ, ਅਤੇ ਸਭ ਤੋਂ ਜ਼ਿਆਦਾ ਮਦਦ ਇਹਦੇ ਵਿੱਚ ਤੁਸੀਂ ਆਪਣੀ ਆਪ ਕਰ ਸਕਦੇ ਹੋ। ਉਹਦੇ ਵਿੱਚ ਇਹ ਆ ਵੀ ਜੇ ਤੁਸੀਂ ਕਿਸੇ ਵੀ ਕੰਸਲਟੈਂਟ ਜਾਂ ਇਮੀਗ੍ਰੇਸ਼ਨ ਲਾਇਰ ਕੋਲ ਜਾਂਦੇ ਹੋ, ਪਹਿਲਾਂ ਉਹਦੇ ਤੋਂ ਇੱਕ ਗੱਲ ਜ਼ਰੂਰ ਪੁੱਛੋ ਵੀ ਜਿਹੜੀ ਵੀ ਤੁਹਾਨੂੰ ਕੋਈ ਵੀ LMIA ਜਾਂ ਜਿਹੜੇ ਵੀ ਇੰਪਲੋਇਰ ਕੋਲ ਤੁਸੀਂ ਜਾਂਦੇ ਹੋ, ਇਹ ਪਤਾ ਕਰੋ ਵੀ ਉਹ LMIA ਤੁਹਾਡੇ ਰੈਲੇਵੈਂਟ ਹੈਗੇ ਆ ਕੀ, ਤੁਹਾਡੇ ਕੋਲ ਉਹਦਾ ਰੈਲੇਵੈਂਟ ਐਕਸਪੀਰੀਅੰਸ ਹੈਗਾ। ਉਹਦਾ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਵੀ LMIA ਦੇ ਨੌਕ ਕੋਡ ਹੁੰਦੀ ਆ, ਉਹ ਨੌਕ ਕੋਡ ਪਾ ਕੇ ਤੁਸੀਂ CIC ਦੇ ਉੱਤੇ ਉਹਦੀਆਂ ਸਾਰੀਆਂ ਜੌਬ ਡਿਊਟੀਜ਼ ਦੇਖ ਸਕਦੇ ਹੋ ਕਿ ਵਾਕਈ ਹੀ ਉਹ ਤੁਹਾਡੇ ਰੈਲੇਵੈਂਟ ਆ। ਉਹਦੀ ਤੁਸੀਂ ਕੁਆਲੀਫਿਕੇਸ਼ਨ ਦੇਖ ਸਕਦੇ ਹੋ ਵੀ ਉਹਦੇ ਵਿੱਚ ਕੀ ਐਲੀਜੀਬਿਲਟੀ ਆ। ਉਸ ਤੋਂ ਬਿਨਾਂ ਜਿਹੜਾ ਤੁਸੀਂ ਦੂਸਰੀ ਜਿਹੜੀ ਗੱਲ ਕਰਨੀ ਆ, ਉਹ ਤੁਸੀਂ ਜੇ ਕਿਸੇ ਤੋਂ ਵੀ LMIA ਦੀ ਕਰਦੇ ਹੋ ਤਾਂ ਇਹ ਪੱਕਾ ਪਤਾ ਕਰੋ ਕਿ ਉਹ LMIA ਤੁਹਾਨੂੰ ਪਰਮਾਨੈਂਟ ਇਮੀਗ੍ਰੇਸ਼ਨ ਕਰਵਾ ਸਕਦੀ ਆ। ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਹੁਣ ਜਿਵੇਂ ਅਲਬਰਟਾ ਦੇ ਵਿੱਚ ਆ, ਜੇ ਕੋਈ ਤੁਸੀਂ ਅਲਬਰਟਾ ਦੇ ਵਿੱਚ LMIA ਲੈਣੇ ਹੈਗੇ ਹੋ ਤਾਂ ਅਲਬਰਟਾ ਦੇ ਵਿੱਚ ਕੋਈ ਪੁਆਇੰਟ ਸਿਸਟਮ ਨਹੀਂ ਹੈਗਾ ਜੀ। ਇੱਥੇ ਤੁਸੀਂ 1 ਸਾਲ ਦਾ ਕੰਮ ਕਰ ਲਿਆ ਤਾਂ ਤੁਹਾਡੀ ਪਰਮਾਨੈਂਟ ਇਮੀਗ੍ਰੇਸ਼ਨ ਲੱਗ ਜਾਣੀ ਆ। ਤੇ ਇਹਦੇ ਵਿੱਚ ਜਿਵੇਂ ਹੋਰ ਕਈ ਪ੍ਰੋਵਿੰਸਸ ਦੇ ਵਿੱਚ ਪੁਆਇੰਟ ਸਿਸਟਮ ਆ, ਉਹਦੇ 'ਚ ਜੇ ਪੁਆਇੰਟ ਸਿਸਟਮ ਆ ਤਾਂ ਤੁਸੀਂ ਇਹ ਦੇਖੋ ਵੀ ਲਾਸਟ ਡਰਾਅ ਉਹਦਾ ਕਿੱਥੇ ਗਿਆ ਤੇ ਤੁਹਾਡਾ ਕੀ ਇੰਗਲਿਸ਼ ਲੈਵਲ ਆ, ਤੇ ਤੁਹਾਡੇ LMIA ਲੈ ਕੇ 1 ਸਾਲ ਬਾਅਦ ਕਿੰਨੇ ਪੁਆਇੰਟਸ ਬਣ ਸਕਦੇ ਆ। ਇਹ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਆਪ ਹੀ ਅਸੈਸ ਕਰ ਸਕਦੇ ਹੋ। ਫੇਰ ਵੀ ਜੇ ਇਹਦੇ ਵਿੱਚ ਤੁਹਾਨੂੰ ਕੋਈ ਲੱਗਦਾ, ਤੁਸੀਂ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਸਾਨੂੰ ਇਹਦੇ ਬਾਰੇ ਕੰਟੈਕਟ ਕਰ ਸਕਦੇ ਹੈ। ਗਰੇਵਾਲ ਸਾਹਿਬ, ਤੁਹਾਡੇ ਕਿਹੜੇ ਕਿਹੜੇ ਆਫਿਸ ਨਾਲ ਕਿੱਥੇ ਸੰਪਰਕ ਕੀਤਾ ਜਾ ਸਕਦਾ ਜੀ, ਜਾਂਦੇ ਜਾਂਦੇ ਦੱਸ ਦਿਓ। ਹਾਂਜੀ ਬਿਲਕੁਲ ਜੀ, ਸਾਡੇ ਮੇਨ ਜਿਹੜਾ ਹੈੱਡ ਆਫਿਸ ਆ ਐਡਮਿੰਟਨ ਦੇ ਵਿੱਚ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਇਸ ਤੋਂ ਬਿਨਾਂ ਜਿਹੜਾ ਹੈਗਾ ਤੁਸੀਂ ਸਾਨੂੰ ਸਰੀ ਦੇ ਵਿੱਚ ਵੀ ਕੰਟੈਕਟ ਕਰ ਸਕਦੇ ਹੈਗੇ ਹੋ। ਜੇ ਬਾਈ ਚਾਂਸ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਆ, ਤੁਸੀਂ ਇੰਡੀਆ ਤੋਂ ਪਹਿਲਾਂ ਆਉਣ ਤੋਂ ਇਨਫੋਰਮੇਸ਼ਨ ਲੈਣੀ ਆ, ਸਾਡਾ ਲੁਧਿਆਣੇ ਕੁਮਾਰ ਮੰਡੀ ਆਫਿਸ ਹੈਗਾ, ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੈਗੇ ਹੋ। ਇਸ ਤੋਂ ਬਿਨਾਂ ਤੁਸੀਂ ਈਮੇਲ ਜਾਂ ਵਟਸਐਪ ਤੇ ਜਿਹੜਾ ਸਾਡਾ ਨੰਬਰ ਹੈਗਾ ਉਹਦੇ ਉੱਤੇ ਤੁਸੀਂ ਆਪਦੀ ਇਨਫੋਰਮੇਸ਼ਨ ਸ਼ੇਅਰ ਕਰਕੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਅਪਾਇੰਟਮੈਂਟ ਕਰਵਾ ਸਕਦੇ। ਗਰੇਵਾਲ ਸਾਹਿਬ, ਤੁਸੀਂ ਵਕਤ ਕੱਢਿਆ ਤੇ ਬੜੀ ਕੀਮਤੀ ਜਾਣਕਾਰੀ ਦਿੱਤੀ, ਬੜਾ ਧੰਨਵਾਦ ਜੀ ਤੁਹਾਡਾ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਜਿਹੜਾ ਕਿ ਮੈਨੂੰ ਪਲੇਟਫਾਰਮ ਪ੍ਰੋਵਾਈਡ ਕਰਦੇ ਹੋ ਇਨਫੋਰਮੇਸ਼ਨ ਸ਼ੇਅਰ ਕਰਨ ਲਈ, ਥੈਂਕਸ ਲੋਟ। ਸੋ ਜ਼ਰੂਰ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਜੀ, ਇਹ ਨਾ ਹੋਵੇ ਕਿ ਆਪਾਂ ਨੂੰ ਕੋਈ ਕਹੇ ਕਿ ਕੋਈ ਵਿਜ਼ਟਰ ਆਇਆ ਤੇ ਆਪਾਂ ਇੱਥੋਂ LMIA ਲੈ ਲੈਂਦੇ ਹਾਂ, ਫਿਰ ਵਰਕ ਪਰਮਿਟ ਲੈ ਲਵਾਂਗੇ ਤੇ ਫਿਰ ਆਪਾਂ ਨੂੰ PR ਮਿਲ ਜਾਣੀ ਆ। ਜੇ LMIA ਤੇ ਵਰਕ ਪਰਮਿਟ ਵਾਲੇ ਕਹਾਣੀ 'ਚ ਕਿਤੇ ਕੋਈ ਗੜਬੜ ਆ ਗਈ ਤਾਂ ਰਿਮੂਵਲ ਆਰਡਰ ਮਿਲ ਸਕਦਾ, ਜੇ ਉਸ ਤੋਂ ਬਾਅਦ ਤੁਸੀਂ ਕੰਮ ਕਰਨ ਵੀ ਲੱਗ ਪਏ ਤਾਂ ਪਤਾ ਨਹੀਂ ਉਹਦੇ 'ਤੇ PR ਮਿਲੇ ਨਾ ਮਿਲੇ, ਇਸ ਕਰਕੇ ਪੂਰਾ ਇੱਕ ਵਾਰ ਪਾਥ ਤੁਹਾਨੂੰ ਕਲੀਅਰ ਹੋਵੇ, ਉਸ ਤੋਂ ਬਾਅਦ ਹੀ ਤੁਸੀਂ ਉਸ ਪਾਸੇ ਆਪਣਾ ਜਿਹੜਾ ਸਟੈਪ ਹੈ ਉਹ ਚੁੱਕਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।